ਰਾਤ ਦੇ 2:30 ਵਜੇ ਇਹ ਤਮਾਸ਼ਾ ਦੇਖਣ ਵਾਸਤੇ ਅਸੀਂ ਵੀ ਰੁਕ ਗਏ ਰਾਤ ਦੇ 2:30 ਵਜੇ ਜਦੋਂ ਫੇਰਿਆਂ ਦਾ ਟਾਈਮ ਹੋਇਆ
ਪੰਡਿਤ ਜੀ ਕਹਿੰਦੇ ਵੀ ਬੀਬੀ ਨੂੰ ਲੈ ਕੇ ਆਓ ਫੇਰੇ ਦਾ ਟਾਈਮ ਹੋ ਗਿਆ ਤਾਂ ਕੁੜੀ ਦੀ ਮਾਂ ਕੁੜੀ ਨੂੰ ਕਮਰੇ ਚੋਂ ਲੈਣ ਵਾਸਤੇ ਗਈ ਕੁੜੀ ਉੱਥੇ ਹੈ ਨਾ ਮਾਂ ਘਬਰਾ ਗਈ ਇੱਧਰ ਉੱਧਰ ਖੱਬੇ ਸੱਜੇ ਉੱਪਰ ਥੱਲੇ ਅੰਦਰ ਬਾਹਰ ਦੇਖਿਆ ਕੁੜੀ ਲੱਭੇ ਕਿਤੋਂ ਨਾ ਗਸ਼ੀਆਂ ਪੈ ਪੈ ਜਾਣ ਮਾਂ ਨੂੰ ਜ਼ਿਆਦਾ ਸਵਾਲ ਹੁੰਦਾ ਹੌਲੀ ਹੌਲੀ ਸਾਰੇ ਟੱਬਰ ਨੂੰ ਪਤਾ ਲੱਗ ਗਿਆ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਕੋਈ ਕਿਸੇ ਪਾਸੇ ਉੱਠ ਗਿਆ ਕੁੜੀ ਨੂੰ ਦੇਖਣ ਕਿਸੇ ਪਾਸੇ ਉੱਠ ਗਿਆ ਮਾਂ ਨੂੰ ਜਦੋਂ ਹੋਸ਼ ਆਈ ਉਹ ਤਾਂ ਵਿਚਾਰੀ ਸ਼ਰਮ ਦੀ ਮਾਰੀ ਪਿਛਲੀ ਕੋਠੜੀ 'ਚ ਜਾ ਵੜੀ ਜਿੱਥੇ ਕੜਾਹਾ ਪਿਆ ਸੀ ਲੱਡੂ ਵੱਟੀ ਦੇ ਸੀ ਉੱਥੇ ਜਾ ਕੇ ਉਹਦੀ ਨਜ਼ਰ ਇੱਕ ਖੁੰਡੇ 'ਚ ਜਾ ਪਈ ਇੱਕ ਬੋਰੀ ਦੇ ਉੱਤੇ ਤਾਂ ਕੀ ਦੇਖਿਆ ਉਹ ਗੁੱਡੀ ਉਹਦੇ ਉੱਤੇ ਸੁੱਤੀ ਪਈ ਮਾਂ ਨੂੰ ਤਰਵਾਸਾ ਹੋਇਆ ਸ਼ੁਕਰ ਘਰੇ ਹੀ ਪਈ ਹੈ ਅੱਧਾ ਕੁ ਲੱਡੂ ਮੂੰਹ 'ਚ ਪਾਇਆ ਅੱਧਾ ਕੁ ਹੱਥ 'ਚ ਫੜਿਆ ਬੱਚੀ ਸੀ ਨੀਂਦ ਆ ਗਈ ਸੌਂ ਗਈ ਮਾਂ ਨੇ ਜਾਂਚ ਗਈ ਗੁੱਡੀ ਉੱਠ ਫੇਰੇ ਰਹਿ ਲਾ ਗੁੱਡੀ ਉੱਠ ਫੇਰੇ ਰਹਿ ਲਾ ਗੁੱਡੀ ਵਿਚਾਰੀ ਉਹ ਬੱਚੀ ਵਿਚਾਰੀ ਸੁੱਤਣੀ ਦੀ ਜੀ ਉੱਠੀ ਉੱਠਦਿਆ ਸਾਰੀ ਕਹਿੰਦੀ ਮਾਂ ਹੁਣ ਤੂੰ ਲੈ ਲਾ ਮੈਂ ਤਾਂ ਸਵੇਰੇ ਹੀ ਲੈ ਲਊਂਗੀ ਜਿਹਨਾਂ ਬੱਚਿਆਂ ਨੂੰ ਬਿਲਕੁਲ ਪਤਾ ਨਹੀਂ ਸੀ ਹੁੰਦਾ ਉਹਨਾਂ ਨੂੰ ਪ੍ਰੁਣ ਕੇ ਰੱਖ ਦਿੰਦੇ ਸਨ ਇਵੇਂ ਜਿਵੇਂ ਮਲਕੀ ਕਿਵੇਂ ਦਾ ਵਿਆਹ ਹੋਇਆ ਮਲਕੀ ਦਾ ਡੋਲਾ ਗੜਮੁਖ ਰਹਿਣ ਚੱਲਿਆ ਤਖ਼ਤ ਹਜ਼ਾਰੇ ਪੁੱਜਾ ਇੱਕ ਦਿਨ ਡੋਲਾ ਰਹਿਣ ਤੋਂ ਉੱਥੇ ਰਹਿਣ ਤੋਂ ਬਾਅਦ ਵਾਪਸ ਗੜਮੁਖ ਰਹਿਣ ਆ ਗਿਆ ਇਸ ਤਰ੍ਹਾਂ ਪਿਆਰੀ ਤੇਰੇ ਹੱਥੋਂ ਨਾ ਕੋਈ ਮੋਹ ਪੱਕੇ
ترجمة
ਸਾਡੇ ਬਹੁਤ ਹੀ ਸਤਿਕਾਰਯੋਗ ਮਹਿਮਾਨ ਉਹਨਾਂ ਵੱਲੋਂ ਨਾਮ ਆਇਆ ਮੇਰਾ ਮਿੱਤਰ ਲੱਗ ਗਿਆ ਸਾਬੀ ਕੁਨਰ ਕੈਨੇਡਾ ਵਾਲੇ ਉਹਨਾਂ ਵੱਲੋਂ 500 ਰੁਪਏ ਨਾਮ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਕਹੀ ਭੁਲੇਖੇ ਭਾਬੀ ਫੁੱਟ ਨਾਲ ਦੇਂਦੇ ਕਿਹੜੇ ਚਾਤੂ ਨਾਲ
I'm gonna make it.